अस्सलाम वालेकुम, मेरा नाम मोहम्मद उसामा है। तुसी इस टाइम यूट्यूब चैनल ते फेसबुक चैनल ते देख रहे हो। बहुत सारे किसानों के सवाल आन के मुंजी का कान या पनीरी सन नहीं लभ रहे। असं चावल तो खाने सारा सिस्टम असं वेखते भी हैं, सारा कुछ होंगे भी है, लेकिन बहुत सी चीज़ें साढ़े को मिस हो जाए जी सन तलाश करने तो बाद मिलती हैं। लिहाजा इस टाइम मैं मंडी बावल दीन के इलाके मौजूद हाँ। कान के बारे बहुत से लोगों का पनीरी के बारे बहुत से लोगों के सवाल आन। मैं अज उस वास्ते किसानों वास्ते बहुत वड्डी खुशखबरी लैके आया ताकि उन्होंने वास्ते आसानी हो सके, उन्होंने पता चल सके पनीरी किमें लभ सकती है, कण किमें लभ सकता है, चावल की काश किमें हो सकती है, असं किमें आसानी नाल इस फसल तो नायाब हो सकते हैं, अपने मुल्क नू अपने जिले न अपने हिसाब किताब नू किमें शानदार तरीके नाल बना सकते हैं। इस टाइम असीं साडे कोल एक बड़ी नामवर शख्सियत मौजूद है, आओ उन्होंने नाल गल करदे हां। तुसीं इंशाल्लाह मौजूद होसो। अस्सलाम वालेकुम जी। जी वास्सलाम। की नाम है जी तुहाडा? जी मेरा नाम हाजी मोहम्मद अकरम है। इस टाइम तुसीं कहड़े तुहाडी लोकेशन की है? जी साडा फकीरियां पिंड है जी, हेड फकीरियां तो मशहूर है, डिस्ट्रिक्ट मंडी बावदीन है और सरगोधा मंडी रोड के उत्ते वाकया है जी। जी बेहतर हो गया। ये दसो कि जिहड़ी तुसीं कण गड्ढदे हो ये तुसीं कदण ते गड्ढण लगे हो, की सिस्टम है, ये थोड़ा आगाह करो साडे नाज़रीन। जी कण असीं काफ़ी सालों तो गड्ढ रहे हैं जी, और सेल भी कर रहे हैं, इस यानी कि कमर्शियल से भी कर रहे हैं, उसी अपनी मुंजी वगैरह भी लाने हैं। साढ़े को जी तीन वरायटियां इस वक्त अवेलेबल, जिद 1509 है जी, यानी किसान बासमती नाम आख्या जाता है, फिर कैनात 1121 है जी, फिर साढ़े को सुपर जी है ना जी, अपना सुपर भी है साढ़े को बासमती सुपर बासमती, तो इस वक्त साढ़े को 1509 है और कैनात का जोड़ा है ये तैयार है, अवेलेबल है, यानी कि और सुपर बासमती जी दो हफ्ते तो बाद तैयार हो जाना और मिल सकता है। ਜਿਹੜੇ ਤੁਸੀਂ ਤਰ੍ਹਾਂ ਵਰਾਇਟੀਆਂ ਦੱਸੀਆਂ ਇਸ 'ਚ ਕਿਹੜੀ ਕਿਹੜੀ ਵਰਾਇਟੀ ਤੁਹਾਡੇ ਕੋਲ ਤਿਆਰ ਹੈ ਦੁਬਾਰਾ ਦੱਸਣੇ ਪਈ? ਜੀ 1509 ਅਤੇ ਕਾਇਨਾਤ ਸੁਪਰ ਕਾਇਨਾਤ ਜਿਹੜੀ ਇਹ ਦੋ ਅਵੇਲੇਬਲ ਨੇ। ਜੇ ਜਿਹੜੀ ਤੀਸਰੀ ਵਰਾਇਟੀ ਉਹ ਜੀ ਇਹ ਸੁਪਰ ਬਾਸਮਤੀ ਹੈ ਜੀ, ਉਹ ਦੋ ਹਫ਼ਤੇ ਤੋਂ ਬਾਅਦ ਅਵੇਲੇਬਲ। ਜਿਹੜੀਆਂ ਦੋ ਤਿਆਰ ਨੇ ਇਹਨਾਂ ਦੇ ਕਿਤਨਾ ਇੱਕ ਟਾਈਮ ਪੀਰੀਅਡ ਲੱਗਦਾ ਕਿ ਤਿਆਰ ਹੋ ਜਾਂਦੀਆਂ, ਕਿਤਨਾ ਕਣ ਲਾਉਣਾ ਚਾਹੀਦਾ, ਕੀ ਸਿਸਟਮ ਇਹਨਾਂ ਦਾ, ਇਹ ਤਾਂ ਜ਼ਰਾ ਨਾਜ਼ਰੀਨ ਨੂੰ ਦੱਸਦਾ ਜੀ। ਫੀ ਏਕੜ ਐਵਰੇਜ ਜਿਹੜੀ ਹੈ ਨਾ ਉਹ 4 ਮਰਲੇ ਜਿਹੜੇ ਨਾ ਉਹ ਏਕੜ ਦੇ ਵਿੱਚ ਕਣ ਹੋਵੇ ਨਾ ਤਾਂ ਏਕੜ 'ਚ ਪੂਰਾ ਹੋ ਜਾਂਦਾ, ਔਰ ਏਕੜ ਦੇ ਵਿੱਚ ਤੁਸੀਂ 9 ਇੰਚ ਦਾ ਗੈਪ ਰੱਖਣਾ ਪੌਦੇ ਤੋਂ ਪੌਦੇ ਦਾ, ਅਤੇ ਬਾਕੀ ਜਿਹੜੀ ਉਸਨੂੰ ਮਾਲੂਮਾਤ ਵਗੈਰਾ ਜਾਂ ਜਿਹੜਾ ਜ਼ਮੀਨਦਾਰ ਹੈ ਉਹਨਾਂ ਦੇ ਕੋਲ ਨਹੀਂ ਹੈ ਖਾਦ ਕਿਹੜੀ ਸੁੱਟਣੀ ਹੈ ਥੱਲੇ ਕਿਹੜੀ ਸੁੱਟਣੀ ਹੈ ਬਾਅਦ 'ਚੋਂ, ਜਿਹਨੇ ਕਿ 30-35 ਦਿਨ ਜਿਹੜੇ ਹੁੰਦੇ ਨਾ ਉਹ ਕਾਫੀ, ਅਗਰ ਉਸਨੂੰ ਸਹੀ ਤਰ੍ਹਾਂ ਉਸ ਬੰਦਾ ਕਰ ਲਵੇ ਨਾ ਆਪਣੀ ਫਰਟੀਲਾਈਜ਼ਰ ਜਿਹੜਾ ਹੈ ਉਹ ਬੰਦਾ ਪੂਰਾ ਕਰ ਲਵੇ ਅਤੇ ਉਸਦੇ ਉੱਤੇ ਹੀ ਇਸਦੀ ਯਾਨੀ ਕਿ ਬੂਟਾ ਜਿਸ ਨੂੰ ਆਖਦੇ ਟਿੱਲਰ ਯਾਨੀ ਕਿ ਸ਼ਗੂਫੇ ਜਿਹੜੇ ਹੁੰਦੇ ਨਾ ਨਿਕਲਦੇ ਉਹ ਜ਼ਿਆਦਾ ਬਣਦੇ ਨੇ, ਔਰ ਜ਼ਿਆਦਾ ਬਣਨ 'ਤੇ ਫਿਰ ਤੁਹਾਡਾ ਝਾੜ ਜਿਹੜਾ ਹੈ ਨਾ ਉਹ ਵੀ ਤੁਹਾਡੇ ਕੋਲ ਜ਼ਿਆਦਾ ਆਏਗਾ, ਅਤੇ ਉਹ ਜਿਹੜੇ ਪਹਿਲੇ 30 ਦਿਨ ਹੁੰਦੇ ਨੇ 35 ਦਿਨ ਉਸਨੂੰ ਅੱਛੀ ਤਰ੍ਹਾਂ ਨਾਲ ਬੰਦੇ ਨੂੰ ਮਿਹਨਤ ਕਰ ਲੈਣੀ ਚਾਹੀਦੀ ਹੈ, ਬਾਅਦ 'ਚ ਫਿਰ ਉਸਨੂੰ ਸਪਰੇ ਫੋਲੀਅਰ ਪੋਟਾਸ਼ ਵਗੈਰਾ ਹੋਰ ਸਪਰੇ ਜਿਹੜੇ ਹੈਂ ਯਾਨੀ ਪੱਤਾ ਲਪੇਟ ਕੋਈ ਸੁੰਡੀ ਵਗੈਰਾ ਕੋਈ ਹੋਰ ਇਸ ਤਰ੍ਹਾਂ ਦੇ ਉਹ ਜਿਹੜੇ ਹੁੰਦੇ ਨੇ ਉਹ ਵੀ ਤੇ ਉਹ ਕਰਨੇ ਹੁੰਦੇ ਨੇ ਬਚਾਓ ਵਾਸਤੇ। ਅੱਛਾ ਤੁਸੀਂ ਬਾਕੀ ਇਹ ਦੱਸ ਦਿਓ ਬਈ ਇਹ ਤੁਹਾਡੇ ਕੋਲ ਖਰੀਦੋ ਫਰੋਖਤ ਜਾਰੀ ਹੈ ਇਸ ਕਣ ਦੀ ਪਨੀਰੀ ਦੀ? ਜੀ ਜਾਰੀ, ਅੱਜ ਵੀ 2-3 ਕਸਟਮਰ ਆਏ ਸਨ ਉਹ ਆਪਣਾ ਲੈ ਗਏ ਸਾਡੇ ਕੋਲ, ਉਹਨਾਂ 2-4 ਦਿਨਾਂ ਤੱਕ ਸਾਥੋਂ ਪਟਵਾਉਣਾ ਹੈ ਪਟਵਾ ਕੇ ਲੈ ਜਾਣਾ। ਤੁਸੀਂ ਆਪਣਾ ਨੰਬਰ ਵੀ ਦੇ ਦਿਓ ਸਕਰੀਨ 'ਤੇ, ਨੰਬਰ ਚੱਲ ਵੀ ਜਾਸੇ ਤਾਂ ਕਿ ਨਾਜ਼ਰੀਨ ਤੁਹਾਡੇ ਨਾਲ ਰਾਬਤਾ ਕਰ ਸਕੇ, ਉਹਨਾਂ ਦੇ ਵਾਸਤੇ ਆਸਾਨੀ ਹੋ ਸਕੇ ਤੁਹਾਡੇ ਨਾਲ 0308-6892-106। ਨਾਜ਼ਰੀਨ ਤੁਸੀਂ ਵੇਖਿਆ ਕਿ ਅਸੀਂ ਹਾਜੀ ਸਾਹਿਬ ਨਾਲ ਮੁਲਾਕਾਤ ਕੀਤੀ ਅਤੇ ਕਣ ਦੇ ਬਾਰੇ 'ਚ ਅਤੇ ਪਨੀਰੀ ਦੇ ਬਾਰੇ 'ਚ ਤੁਹਾਨੂੰ ਅਗਾਹ ਕੀਤਾ। ਇਨਸ਼ਾਅੱਲਾ ਜਿਹੜੀ ਨੈਕਸਟ ਵੀਡੀਓ ਆਉਣੀ ਹੈ ਉਸ 'ਚ ਤੁਹਾਨੂੰ ਮਜ਼ੀਦ ਅਗਾਹ ਕਰਦੇ ਰਹਾਂਗੇ ਅਤੇ ਤੁਸੀਂ ਸਾਡਾ ਚੈਨਲ ਅਤੇ ਫੇਸਬੁੱਕ ਪੇਜ ਤੁਸੀਂ ਲਾਜ਼ਮੀ ਸਬਸਕ੍ਰਾਈਬ ਕਰਨਾ। ਅੱਲਾ ਹਾਫਿਜ਼, ਪਾਕਿਸਤਾਨ ਜ਼ਿੰਦਾਬਾਦ।